ਦੋਸਤੋ ਕੋਈ ਵੇਲਾ ਸੀ ਜਦੋਂ ਸੰਜੇ ਗਾਂਧੀ ਨੂੰ ਕਾਂਗਰਸ ਦਾ ਯੁਵਰਾਜ ਕਿਹਾ ਜਾਂਦਾ ਸੀ। ਕਿਸੇ ਵੇਲੇ ਕਾਂਗਰਸ 'ਚ ਇੰਦਰਾ ਗਾਂਧੀ ਤੋਂ ਬਾਅਦ ਸੰਜੇ ਗਾਂਧੀ ਦਾ ਨਾਮ ਆਉਂਦਾ ਸੀ, ਪਰ ਇੱਕ ਦੁਰਘਟਨਾ ਵਿੱਚ ਸੰਜੇ ਗਾਂਧੀ ਦੀ ਮੌਤ ਹੋ ਗਈ। ਸੰਜੇ ਗਾਂਧੀ ਦੀ ਮੌਤ ਤੋਂ ਕੁਝ ਘੰਟਿਆਂ ਬਾਅਦ ਹੀ ਸੰਜੇ ਗਾਂਧੀ ਦੀ ਪਤਨੀ ਅਤੇ ਆਪਣੀ ਨੂੰਹ ਮੇਨਕਾ ਗਾਂਧੀ ਨੂੰ ਇੰਦਰਾ ਗਾਂਧੀ ਦੇ ਘਰ ਤੋਂ ਬਾਹਰ ਕੱਢ ਦਿੱਤਾ ਸੀ, ਜੋ ਮੁੜ ਕਦੇ ਵੀ ਫਿਰ ਘਰ ਵਾਪਸ ਨਾ ਜਾ ਸਕੀ। ਕੀ ਕਾਰਨ ਰਹੇ ਕਿ ਇੰਦਰਾ ਗਾਂਧੀ ਅਤੇ ਮੇਨਕਾ ਗਾਂਧੀ ਦੋਵੇਂ ਇੱਕ ਦੂਜੇ ਨਾਲ ਇੰਨੀ ਨਫ਼ਰਤ ਕਰਦੀਆਂ ਸਨ? ਇੰਦਰਾ ਨੇ ਮੇਨਕਾ ਨੂੰ ਕਿਉਂ ਕਿਹਾ ਕਿ ਇਹ ਤੇਰਾ ਘਰ ਨਹੀਂ? ਜਿਸ ਦਿਨ ਮੇਨਕਾ ਨੇ ਇੰਦਰਾ ਗਾਂਧੀ ਦਾ ਘਰ ਛੱਡਿਆ ਸੀ, ਉਸ ਦਿਨ ਕੀ ਕੁਝ ਵਾਪਰਿਆ ਸੀ? ਇਸ ਸਭ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਅੱਜ ਦੇ ਇਸ ਐਪੀਸੋਡ ਵਿੱਚ। ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ। ਦੋਸਤੋ ਕੋਈ ਸਮਾਂ ਸੀ ਜਦੋਂ ਸੰਜੇ ਗਾਂਧੀ ਦਾ ਕਾਂਗਰਸ ਦੀ ਰਾਜਨੀਤੀ ਵਿੱਚ ਬੜਾ ਵੱਡਾ ਯੋਗਦਾਨ ਸੀ। ਜਿਸ ਵੇਲੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀ ਤਾਂ ਸਾਰਾ ਕੰਮਕਾਜ ਸੰਜੇ ਗਾਂਧੀ ਦੇ ਹੱਥ ਵਿੱਚ ਸੀ। ਉਸਦੇ ਵੱਡੇ ਭਰਾ ਰਾਜੀਵ ਗਾਂਧੀ ਦਾ ਤਾਂ ਉਸ ਵਕਤ ਰਾਜਨੀਤੀ ਨਾਲ ਕੋਈ ਵਾਸਤਾ ਹੀ ਨਹੀਂ ਸੀ, ਪਰ ਜਦੋਂ ਸੰਜੇ ਦੀ ਮੌਤ ਤੋਂ ਬਾਅਦ ਉਸਦੇ ਉੱਤਰਾਧਿਕਾਰੀ ਦੇ ਰੂਪ ਵਿੱਚ ਰਾਜੀਵ ਗਾਂਧੀ ਨੂੰ ਅੱਗੇ ਲਿਆਇਆ ਗਿਆ ਤਾਂ ਇਸ ਤੋਂ ਮੇਨਕਾ ਗਾਂਧੀ ਥੋੜ੍ਹੀ ਨਾਰਾਜ਼ ਹੋ ਗਈ। ਇੱਕ ਕਿਤਾਬ ਵਿੱਚ ਮੇਨਕਾ ਗਾਂਧੀ ਬਾਰੇ ਦੱਸਿਆ ਗਿਆ ਹੈ ਕਿ ਉਸ ਵਕਤ ਇੰਦਰਾ ਗਾਂਧੀ ਕਾਫ਼ੀ ਬਜ਼ੁਰਗ ਸੀ ਅਤੇ ਮੇਨਕਾ ਗਾਂਧੀ ਅਜੇ ਜਵਾਨ ਸੀ। ਜਿਸ ਵਕਤ ਸੰਜੇ ਦੀ ਮੌਤ ਹੋਈ ਤਾਂ ਉਸ ਵਕਤ ਇੰਦਰਾ ਨੇ ਮੇਨਕਾ ਨੂੰ ਕਿਹਾ ਕਿ ਤੂੰ ਕਿਉਂ ਨਹੀਂ ਨਾਲ ਉਸਦੇ ਮਰ ਗਈ। ਇੰਦਰਾ ਆਪਦੇ ਵੱਡੇ ਪੁੱਤਰ ਰਾਜੀਵ ਗਾਂਧੀ ਨੂੰ ਬਹੁਤ ਜ਼ਿਆਦਾ ਚਾਹੁੰਦੀ ਸੀ। ਜਦੋਂ ਇੰਦਰਾ ਨੇ ਉਸਨੂੰ ਰਾਜਨੀਤੀ ਵਿੱਚ ਲਿਆਉਣਾ ਚਾਹਿਆ ਤਾਂ ਰਾਜੀਵ ਅਤੇ ਉਸਦੇ ਪਰਿਵਾਰ ਨੇ ਇੰਦਰਾ ਗਾਂਧੀ ਅੱਗੇ ਸਭ ਤੋਂ ਵੱਡੀ ਸ਼ਰਤ ਪਹਿਲਾਂ ਇਹ ਰੱਖੀ ਕਿ ਪਹਿਲਾਂ ਮੇਨਕਾ ਗਾਂਧੀ ਨੂੰ ਘਰ 'ਚੋਂ ਕੱਢਿਆ ਜਾਵੇ। ਜੇ ਇਹ ਘਰ ਵਿੱਚ ਰਹੀ ਤਾਂ ਅਸੀਂ ਘਰ ਛੱਡ ਜਾਵਾਂਗੇ। ਮੇਨਕਾ ਗਾਂਧੀ ਸੋਚਦੀ ਹੈ ਕਿ ਇੱਕ ਜਵਾਨ ਵਿਧਵਾ ਨੂੰ ਉਸਦਾ ਪੜਦਾ ਹੱਕ ਇੰਦਰਾ ਗਾਂਧੀ ਨੇ ਨਹੀਂ ਦਿੱਤਾ। ਸੰਜੇ ਗਾਂਧੀ ਦੀ ਮੌਤ ਤੋਂ ਬਾਅਦ ਅਤੇ ਰਾਜੀਵ ਗਾਂਧੀ ਦੇ ਆਉਣ ਤੋਂ ਬਾਅਦ ਮੇਨਕਾ ਦਾ ਸਿੱਕਾ ਥੋੜ੍ਹਾ ਕਮਜ਼ੋਰ ਹੋ ਗਿਆ ਸੀ। ਉਹ ਆਪਣੇ ਆਪ ਸੰਜੇ ਗਾਂਧੀ ਨੂੰ ਵਾਰਸ ਦੇ ਰੂਪ ਵਿੱਚ ਉਭਾਰਨਾ ਚਾਹੁੰਦੀ ਸੀ, ਪਰ ਇਹ ਸਭ ਕੁਝ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਨੂੰ ਨਾਗਵਾਰ ਗੁਜ਼ਰਿਆ। ਇਸੇ ਦੌਰਾਨ ਹੀ ਮਾਰਚ 1982 ਵਿੱਚ ਇੱਕ ਕਾਂਗਰਸੀ ਆਗੂ ਅਕਬਰ ਅਹਿਮਦ ਡੱਪੀ ਨੇ ਲਖਨਊ ਦੇ ਵਿੱਚ ਇੱਕ ਰੈਲੀ ਦਾ ਆਯੋਜਨ ਕੀਤਾ ਸੀ, ਜਿਸ ਦਾ ਮੁੱਖ ਮੰਤਵ ਸੰਜੇ ਗਾਂਧੀ ਨੂੰ ਸ਼ਰਧਾਂਜਲੀ ਦੇਣਾ ਅਤੇ ਨਾਲ ਹੀ ਸ਼ਕਤੀ ਪ੍ਰਦਰਸ਼ਨ ਦਿਖਾਉਣਾ ਸੀ ਕਿ ਉੱਤਰ ਪ੍ਰਦੇਸ਼ ਵਿੱਚ ਅਜੇ ਵੀ ਲੋਕ ਸੰਜੇ ਗਾਂਧੀ ਨੂੰ ਹੀ ਜ਼ਿਆਦਾ ਤਰਜੀਹ ਦਿੰਦੇ ਹਨ। ਇਹ ਲੋਕ ਕਦੇ ਵੀ ਰਾਜੀਵ ਗਾਂਧੀ ਨੂੰ ਆਪਣੇ ਨੇਤਾ ਦੇ ਰੂਪ ਵਿੱਚ ਸਵੀਕਾਰ ਨਹੀਂ ਕਰਨਗੇ। ਇਸ ਰੈਲੀ ਦੀ ਭਣਕ ਇੰਦਰਾ ਗਾਂਧੀ ਨੂੰ ਪਹਿਲਾਂ ਹੀ ਲੱਗ ਜਾਂਦੀ ਹੈ। ਉਸਨੇ ਮੇਨਕਾ ਗਾਂਧੀ ਨੂੰ ਇਸ ਰੈਲੀ ਵਿੱਚ ਸ਼ਾਮਲ ਨਾ ਹੋਣ ਦੀ ਹਦਾਇਤ ਕੀਤੀ ਅਤੇ ਆਪਣਾ ਹੁਕਮ ਦੇ ਕੇ ਉਹ ਲੰਡਨ ਦੌਰੇ 'ਤੇ ਚਲੀ ਗਈ। ਪਰ ਇੱਧਰ ਆਪਣੇ ਪਤੀ ਦੀ ਜਗ੍ਹਾ ਕਿਸੇ ਹੋਰ ਨੂੰ ਦੇਣੀ, ਇਹ ਚੀਜ਼ ਮੇਨਕਾ ਗਾਂਧੀ ਨੂੰ ਰਾਸ ਨਹੀਂ ਸੀ ਆ ਰਹੀ, ਪਰ ਉਹ ਇੰਦਰਾ ਗਾਂਧੀ ਦੀ ਧਮਕੀ ਦੇ ਬਾਵਜੂਦ ਉਸ ਰੈਲੀ ਵਿੱਚ ਸ਼ਾਮਲ ਹੁੰਦੀ ਹੈ, ਜਿੱਥੇ ਉਸਨੇ ਇੱਕ ਬੜਾ ਹੀ ਜ਼ਬਰਦਸਤ ਭਾਸ਼ਣ ਦਿੱਤਾ। ਜਦੋਂ ਇੰਦਰਾ ਗਾਂਧੀ ਭਾਰਤ ਵਾਪਸ ਆਈ, ਉਸ ਨੂੰ ਮੇਨਕਾ ਗਾਂਧੀ ਦੀ ਇਸ ਹਰਕਤ ਬਾਰੇ ਪਤਾ ਲੱਗਾ ਤਾਂ ਇਹ ਸੁਣ ਕੇ ਉਹ ਆਕਬ ਬੋਲੀ ਹੋ ਗਈ। ਉਸਨੇ ਉਸੇ ਵਕਤ ਹੀ ਮੇਨਕਾ ਨੂੰ ਇੱਕ ਚਿੱਠੀ ਲਿਖੀ, ਜਿਸ ਵਿੱਚ ਉਸਨੂੰ ਕਈ ਤਾਅਨੇ ਮਾਰੇ ਗਏ। ਨਾਲ ਹੀ ਇੰਦਰਾ ਗਾਂਧੀ ਨੇ ਲਿਖਿਆ ਕਿ ਜੇ ਮੇਰਾ ਬਸ ਚੱਲਦਾ ਤਾਂ ਮੈਂ ਕਦੇ ਵੀ ਆਪਦੇ ਪੁੱਤ ਸੰਜੇ ਗਾਂਧੀ ਦਾ ਵਿਆਹ ਤੇਰੇ ਨਾਲ ਹੋਰ ਨਹੀਂ ਸੀ ਦੇਣਾ। ਇੱਕ ਪਾਸੇ ਜਿੱਥੇ ਗਾਂਧੀ ਪਰਿਵਾਰ ਦੇ ਅੰਦਰ ਹੀ ਉਥਲ ਪੁਥਲ ਚੱਲ ਰਹੀ ਸੀ, ਉੱਧਰ ਪੰਜਾਬ ਵਿੱਚ ਚੱਲਦੇ ਸਿੱਖ ਸੰਘਰਸ਼ ਨੂੰ ਦੇਖ ਕੇ ਇੰਦਰਾ ਗਾਂਧੀ ਦੀ ਰਾਤਾਂ ਦੀ ਨੀਂਦ ਆਰਾਮ ਹੋ ਗਈ ਸੀ। ਲਖਨਊ ਵਿੱਚ ਭਾਸ਼ਣ ਦੇਣ ਤੋਂ ਬਾਅਦ ਮੇਨਕਾ ਦਿੱਲੀ ਦੇ ਸਫਦਰ ਜੰਗ ਘਰ ਵਿੱਚ ਪਹੁੰਚਦੀ ਹੈ।
ਜਿੱਥੇ ਉਹ ਪਹਿਲਾਂ ਇੰਦਰਾ ਗਾਂਧੀ ਅਤੇ ਪਰਿਵਾਰ ਦੇ ਦੂਜੇ ਮੈਂਬਰਾਂ ਦੇ ਨਾਲ ਰਹਿ ਰਹੀ ਸੀ। ਇਸੇ ਘਰ ਵਿੱਚ ਹੀ ਮੇਨਕਾ ਨੇ 1980 ਵਿੱਚ ਵਰੁਣ ਗਾਂਧੀ ਨੂੰ ਜਨਮ ਦਿੱਤਾ ਸੀ। ਘਰ ਵਾਪਸ ਆਉਣ 'ਤੇ ਮੇਨਕਾ ਦਾ ਇੰਦਰਾ ਗਾਂਧੀ ਦੇ ਨਾਲ ਆਪਣਾ ਸਾਹਮਣਾ ਹੁੰਦਾ ਹੈ। ਉਸ ਰਾਤ ਜੋ ਕੁਝ ਵੀ ਹੋਇਆ ਉਸ ਬਾਰੇ ਇੱਕ ਸਪੈਨਿਸ਼ ਲੇਖਕ ਹਾਵੀਅਰ ਮੋਰੋ ਨੇ ਆਪਣੀ ਕਿਤਾਬ ਦਾ ਇੱਕ ਲੇਖ ਬੜੇ ਵਿਸਤਾਰਪੂਰਵਕ ਲਿਖਿਆ ਹੈ। ਹਾਵੀਅਰ ਮੋਰੋ ਦੀ ਇਸ ਕਿਤਾਬ ਦਾ ਨਾਮ ਹੈ ਦਾ ਰੈੱਡ ਸਾੜੀ। ਮੋਰੋ ਲਿਖਦਾ ਹੈ ਕਿ 28 ਮਾਰਚ 1982 ਦੀ ਸਵੇਰ ਮੇਨਕਾ ਗਾਂਧੀ ਅਤੇ ਇੰਦਰਾ ਗਾਂਧੀ ਦਾ ਆਪਣਾ ਸਾਹਮਣਾ ਹੁੰਦਾ ਹੈ। ਮੇਨਕਾ ਇੰਦਰਾ ਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਤਾਂ ਇੰਦਰਾ ਗਾਂਧੀ ਕਹਿੰਦੀ ਹੈ ਕਿ ਆਪਾਂ ਬਾਅਦ ਵਿੱਚ ਗੱਲ ਕਰਾਂਗੇ, ਜਿਸ ਤੋਂ ਬਾਅਦ ਮੇਨਕਾ ਆਪਣੇ ਕਮਰੇ ਵਿੱਚ ਚਲੇ ਜਾਂਦੀ ਹੈ। ਕੁਝ ਸਮੇਂ ਬਾਅਦ ਇੱਕ ਨੌਕਰ ਮੇਨਕਾ ਲਈ ਰਾਤ ਦੁਪਹਿਰ ਦਾ ਖਾਣਾ ਲੈ ਕੇ ਆਉਂਦਾ, ਜਿਸ ਨੂੰ ਮੇਨਕਾ ਪੁੱਛਦੀ ਹੈ ਕਿ ਤੂੰ ਖਾਣਾ ਕਮਰੇ ਵਿੱਚ ਕਿਉਂ ਲੈ ਕੇ ਆਇਆ ਤਾਂ ਨੌਕਰ ਉੱਤਰ ਦਿੰਦਾ ਹੈ ਕਿ ਮੈਨੂੰ ਇੰਦਰਾ ਗਾਂਧੀ ਨੇ ਕਿਹਾ ਸੀ। ਇੰਦਰਾ ਗਾਂਧੀ ਚਾਹੁੰਦੀ ਹੈ ਕਿ ਤੁਸੀਂ ਦੁਪਹਿਰ ਦਾ ਖਾਣਾ ਸਾਰੇ ਪਰਿਵਾਰ ਵਿੱਚ ਬੈਠ ਕੇ ਨਹੀਂ ਖਾ ਸਕਦੇ। ਇੱਕ ਘੰਟੇ ਬਾਅਦ ਉਹ ਨੌਕਰ ਵਾਪਸ ਆਉਂਦਾ ਹੈ ਅਤੇ ਮੇਨਕਾ ਨੂੰ ਕਹਿੰਦਾ ਹੈ ਕਿ ਤੈਨੂੰ ਇੰਦਰਾ ਗਾਂਧੀ ਬੁਲਾ ਰਹੀ ਹੈ। ਇਸ ਤੋਂ ਬਾਅਦ ਮੇਨਕਾ ਗਾਂਧੀ ਥੋੜ੍ਹੀ ਡਰੀ ਹੋਈ ਗਲਿਆਰੇ ਤੋਂ ਹੇਠਾਂ ਉੱਤਰਦੀ ਹੈ। ਹੇਠਾਂ ਉੱਤਰਦਿਆਂ ਹੀ ਉਸਦੇ ਸਾਹਮਣੇ ਗੁੱਸੇ ਵਿੱਚ ਭਰੀ ਪੀਤੀ ਇੰਦਰਾ ਗਾਂਧੀ ਆਉਂਦੀ ਹੈ। ਇੰਦਰਾ ਗਾਂਧੀ ਦੇ ਨਾਲ ਉਸ ਵਕਤ ਧਰਿੰਦਰ ਸ਼ਾਸਤਰੀ ਵੀ ਮੌਜੂਦ ਸੀ। ਇੰਦਰਾ ਗਾਂਧੀ ਮੇਨਕਾ 'ਤੇ ਚਲਾ ਕੇ ਬੋਲਦੀ ਹੈ ਕਿ ਤੂੰ ਹੁਣੇ ਹੀ ਮੇਰੇ ਘਰ ਤੋਂ ਬਾਹਰ ਹੋ ਜਾ, ਮੈਂ ਤੈਨੂੰ ਕਿਹਾ ਸੀ ਕਿ ਲਖਨਊ ਦੀ ਰੈਨੀ ਵਿੱਚ ਨਾ ਜਾਵੀ, ਪਰ ਤੂੰ ਉੱਥੇ ਗਈ, ਉੱਥੇ ਬੋਲਿਆ, ਤੇਰਾ ਹਰ ਇੱਕ ਸ਼ਬਦ ਮੇਰੇ ਲਈ ਜ਼ਹਿਰ ਹੈ। ਤੈਨੂੰ ਕੀ ਲੱਗਦਾ ਹੈ ਕਿ ਮੈਂ ਕੁਝ ਦੇਖ ਨਹੀਂ ਸਕਦੀ? ਤੂੰ ਹੁਣੇ ਹੀ ਇਸ ਘਰ ਨੂੰ ਛੱਡ ਕੇ ਚਲੇ ਜਾ ਅਤੇ ਆਪਣੀ ਮਾਂ ਦੇ ਘਰ ਚਲੇ ਜਾ। ਕਿਹਾ ਜਾਂਦਾ ਹੈ ਕਿ ਇੰਦਰਾ ਗਾਂਧੀ ਨੇ ਮੇਨਕਾ ਨੂੰ ਉਸਦੇ ਪਹਿਨੇ ਹੋਏ ਕੱਪੜਿਆਂ ਤੋਂ ਇਲਾਵਾ ਹੋਰ ਕੁਝ ਵੀ ਘਰ 'ਚੋਂ ਜਾਣ ਨਹੀਂ ਸੀ ਦਿੱਤਾ। ਇਸ ਘਟਨਾਕ੍ਰਮ ਤੋਂ ਬਾਅਦ ਮੇਨਕਾ ਆਪਣੀ ਭੈਣ ਅੰਬਿਕਾ ਨੂੰ ਫੋਨ ਕਰਕੇ ਬੁਲਾਉਂਦੀ ਹੈ ਅਤੇ ਸਾਰੀ ਗੱਲਬਾਤ ਮੀਡੀਆ ਨੂੰ ਦੱਸਣ ਲਈ ਕਹਿੰਦੀ ਹੈ। ਰਾਤ ਦੇ 9 ਵਜੇ ਤੱਕ ਘਰ ਦੇ ਬਾਹਰ ਅੰਤਰਰਾਸ਼ਟਰੀ ਮੀਡੀਆ ਦਾ ਇੱਕ ਵੱਡਾ ਹਜੂਮ ਖੜ੍ਹਾ ਹੋ ਗਿਆ ਸੀ। ਗੱਲ ਇੰਨੀ ਵੱਧ ਗਈ ਸੀ ਕਿ ਭਾਰੀ ਗਿਣਤੀ ਵਿੱਚ ਪੁਲਿਸ ਬਲ ਵੀ ਉੱਥੇ ਤੈਨਾਤ ਕਰ ਦਿੱਤਾ ਗਿਆ। ਇੰਨੇ ਨੂੰ ਅੰਬਿਕਾ ਵੀ ਉੱਥੇ ਪਹੁੰਚਦੀ ਹੈ। ਮੋਨਿਕਾ ਅਤੇ ਅੰਬਿਕਾ ਅਜੇ ਗੱਲਬਾਤ ਕਰ ਹੀ ਰਹੀਆਂ ਸਨ ਕਿ ਇੰਨੇ ਨੂੰ ਇੰਦਰਾ ਗਾਂਧੀ ਫਿਰ ਦੁਬਾਰਾ ਉਹਨਾਂ ਦੇ ਕਮਰੇ ਵਿੱਚ ਜਾਂਦੀ ਹੈ ਅਤੇ ਫਿਰ ਕਹਿੰਦੀ ਹੈ ਕਿ ਤੂੰ ਮੇਰੇ ਘਰ ਤੋਂ ਨਿਕਲ ਜਾ, ਤੂੰ ਅਜੇ ਇੱਥੇ ਹੀ ਬੈਠੀ ਹੈ। ਇਸ 'ਤੇ ਅੰਬਿਕਾ ਕਹਿੰਦੀ ਹੈ ਕਿ ਇਹ ਕਿਤੇ ਨਹੀਂ ਜਾਵੇਗੀ, ਇਹ ਘਰ ਵਿੱਚ ਇਸਦਾ ਵੀ ਹੱਕ ਹੈ। ਅੱਗੋਂ ਗੁੱਸੇ ਵਿੱਚ ਭੜਕੀ ਇੰਦਰਾ ਬੋਲੀ ਕਿ ਇਹ ਘਰ ਤੇਰਾ ਨਹੀਂ, ਇਹ ਘਰ ਭਾਰਤ ਦੇ ਪ੍ਰਧਾਨ ਮੰਤਰੀ ਜਾਣੀ ਕਿ ਮੇਰਾ ਹੈ। ਇਸ ਤੋਂ ਬਾਅਦ ਉਹ ਦੋਵੇਂ ਭੈਣਾਂ ਇਸ ਘਰ ਤੋਂ ਜਾ ਰਹੀਆਂ ਸਨ। ਨਾਲ ਹੀ ਮੇਨਕਾ ਦਾ ਇੱਕ 2 ਸਾਲ ਦਾ ਬੱਚਾ ਵਰੁਣ ਗਾਂਧੀ ਵੀ ਸੀ, ਜਿਸ ਨੂੰ ਪਹਿਲਾਂ ਤਾਂ ਇੰਦਰਾ ਗਾਂਧੀ ਨੇ ਧੱਕੇ ਨਾਲ ਆਪਣੇ ਕੋਲ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਮੀਡੀਆ ਨੂੰ ਦੇਖ ਕੇ ਚੁੱਪ ਹੋ ਗਈ। ਮੇਨਕਾ ਘਰ ਤੋਂ ਚਲੀ ਗਈ ਅਤੇ ਕੁਝ ਸਮੇਂ ਬਾਅਦ ਉਸਨੇ ਰਾਸ਼ਟਰੀ ਸੱਜੇ ਮੰਚ ਦੀ ਸਥਾਪਨਾ ਕੀਤੀ, ਪਰ ਉਹ ਕੋਈ ਜ਼ਿਆਦਾ ਕਾਮਯਾਬ ਨਾ ਹੋ ਸਕਿਆ। ਮੇਨਕਾ ਨੇ 1984 ਵਿੱਚ ਰਾਜੀਵ ਗਾਂਧੀ ਦੇ ਖਿਲਾਫ ਅਮੇਠੀ ਤੋਂ ਇਲੈਕਸ਼ਨ ਲੜਿਆ, ਪਰ ਵਿੱਚ ਉਹ ਹਾਰ ਗਈ। ਸਾਲ 1988 ਵਿੱਚ ਉਹ ਜਨਤਾ ਦਲ ਵਿੱਚ ਸ਼ਾਮਲ ਹੋਈ। ਸਾਲ 1999 ਵਿੱਚ ਉਸਨੇ ਪੀਲੀਭੀਤ ਤੋਂ ਇਲੈਕਸ਼ਨ ਲੜਿਆ ਅਤੇ ਸੰਸਦ ਵਿੱਚ ਪਹੁੰਚੀ। 2004 ਵਿੱਚ ਉਹ BJP ਨਾਲ ਜੁੜ ਗਈ ਅਤੇ BJP ਦੀ ਸਾਂਸਦ ਬਣ ਗਈ। ਸੋ ਦੋਸਤੋ, ਇਹ ਸੀ ਅੱਜ ਦੀ ਇੰਦਰਾ ਗਾਂਧੀ ਅਤੇ ਮੇਨਕਾ ਗਾਂਧੀ ਦੀ ਕਹਾਣੀ। ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।